ਪੇਂਡੂ ਮਾਹੌਲ ਦੇਖੋ ਜੀ, ਮੇਰਾ ਪਿੰਡ ਜੰਗਪੁਰ, ਅਸੀਂ ਜੰਗਪੁਰ ਬੈਠੇ ਜੀ। ਉਹ ਸ਼ਹਿਰ ਵਾਲੇ ਉਹ ਤਰਸਦੇ ਹੋਣੇ ਤੁਸੀਂ ਅੱਜ ਦੇ ਮਾਹੌਲ ਨੂੰ। ਅਤੇ ਅਸੀਂ ਹੁਣ ਪੀਜ਼ਾ ਵੀ ਖਾਣਾ ਇੱਥੇ ਡਬਲ ਏ ਵਾਲਿਆਂ ਕੋਲੋਂ। ਮੇਰੇ ਪਿੱਛੇ ਮੂੰਜੀ ਦੀ ਫਸਲ ਜੀ, ਅਤੇ ਕਿਹੜੇ ਬਰਗਰ ਹੈਗੇ ਉਹਨਾਂ ਨੂੰ ਦੱਸਾਂ ਕਿ ਮੂੰਜੀ ਜਿੱਥੋਂ ਚਾਵਲ ਲਾਉਣੇ ਹੈਗੇ ਐਤਕੀ ਜ਼ਿਮੀਦਾਰਾਂ ਦੇ ਨਾਲ, ਇਹ ਕਿਹੜੇ ਬੀਜ ਵਾਲੀਆਂ ਕੰਪਨੀਆਂ ਹੈਗੀਆਂ, ਸੀਡਸ ਕੰਪਨੀਆਂ ਕਹਿ ਲਓ ਤੁਸੀਂ, ਉਹਨਾਂ ਨੇ ਬੜਾ ਦੋ ਨੰਬਰੀ ਕੀਤੀ ਹੈਗੀ। ਇਹਦਾ ਝਾੜ ਕਿਹੜਾ ਹਾਈਬ੍ਰਿਡ ਦਾ ਕੋਈ ਅੱਛਾ ਨਹੀਂ ਆਇਆ ਹੈਗਾ। ਇਹ ਜੀ ਫੈਸਲਾਬਾਦ ਰੋਡ, ਫੈਸਲਾਬਾਦ ਜਿਹਨੂੰ ਪਹਿਲੇ ਲਾਇਲਪੁਰ ਕਹਿੰਦੇ ਸੀ, ਅਸੀਂ ਉਹਦੇ ਕਿਨਾਰੇ ਬੈਠੇ ਹੈਗੇ। ਅਗਰ ਤੁਸੀਂ ਗੂਗਲ ਮੈਪ ਦੇਖੋਗੇ ਤਾਂ ਇਸ ਰੋਡ ਨੂੰ ਨੂਰਪੁਰ ਥਲ ਰੋਡ ਲਿਖਿਆ ਹੋਇਆ ਤੁਹਾਨੂੰ ਨਜ਼ਰ ਆਏਗਾ। ਪਿੰਡ ਕਿਹੜਾ ਜੀ, ਵੱਧ ਗਿਆ ਹੈਗਾ, ਆਬਾਦੀ ਵੱਧ ਗਈ। ਇਸ ਸਾਹਮਣੇ ਕਿਹੜੇ ਘਰ ਨਜ਼ਰ ਆ ਰਹੇ ਹੈਗੇ, ਇਹ ਇੱਕ ਇੱਥੇ ਟਾਊਨ ਬਣਿਆ ਹੈਗਾ ਸ਼ਾਮ ਅੰਬਰ ਟਾਊਨ, ਉਹਦੇ ਨਜ਼ਰ ਆ ਰਿਹਾ। ਉਹ ਅੱਗੇ ਮੈਰਿਜ ਲਾਉਣ ਹੈਗਾ ਜੀ, ਮੂੰਜੀ ਦੀ ਫਸਲ। ਐਤਕੀ ਸਾਡੇ ਵਾਲੇ ਪਾਸੇ ਜੀ ਮੂੰਜੀ ਲੋਕਾਂ ਨੇ ਜ਼ਿਆਦਾ ਲਾਈ ਹੈਗੀ, ਵਰਨਾ ਇੱਥੇ ਮਕਈ ਔਰ ਆਲੂ ਜ਼ਿਆਦਾ ਕਾਸ਼ਤ ਹੁੰਦਾ। ਇਹ ਉਕਾੜੇ ਜ਼ਿਲ੍ਹੇ ਉਕਾੜੇ ਦਾ ਪਿੰਡ ਹੈ ਜੀ, ਜੰਗਪੁਰ 38GD ਗੁਗੇਰਾ ਡਿਸਟ੍ਰੀਬਿਊਟਰੀ ਨਹਿਰ ਹੈਗੀ ਉਹਦੇ ਨਾਂ 'ਤੇ, ਇਹ ਗੋਰੇ ਨੇ ਆਬਾਦ ਕੀਤਾ ਸੀ 38GD 38GD। ਚੜ੍ਹਦੇ ਪੰਜਾਬ 'ਚੋਂ ਰਿਟਾਇਰਡ ਫੌਜੀ ਕਿਹੜੇ ਸੀ ਉਹਨਾਂ ਨੂੰ ਇਹ ਜ਼ਮੀਨ ਦਿੱਤੀ ਸੀ ਗੋਰੇ ਨੇ, ਇਹ ਬਾਹਰ ਕਿਹੜਾ ਸੀ ਉਹਨਾਂ ਨੇ ਮਿਹਨਤ ਕਰਕੇ ਅਤੇ ਆਬਾਦ ਕੀਤਾ। ਉਹਨਾਂ ਨੂੰ 30-40 ਸਾਲ ਬਾਅਦ ਫਿਰ ਵਾਪਸ ਜਾਣਾ ਪੈ ਗਿਆ, 1914 'ਚ ਇੱਥੇ ਆਏ, ਉਹ ਵਾਪਸ ਜਾਣਾ ਪੈ ਗਿਆ। ਵੰਡ ਦੀ ਵਜ੍ਹਾ ਤੋਂ ਦੋ ਮੁਲਕ ਬਣ ਗਏ, ਪੰਜਾਬ ਵੰਡਿਆ ਗਿਆ ਅਤੇ ਬੜੀ ਸਰਸਰ ਅਤੇ ਸ਼ਾਦਾਬ ਅਤੇ ਫਰਟਾਈਲ ਜ਼ਰਖੇਜ਼ ਜ਼ਮੀਨ ਹੈਗੀ। ਆਹ ਵੇਖ ਲਓ, ਆਹ ਨਾ ਸਮਝੋ ਜੀ ਪਿੰਡ 'ਚ ਪੀਜ਼ਾ ਨਹੀਂ ਮਿਲਦਾ ਹੈਗਾ, ਆਹ ਪੀਜ਼ਾ ਖਾਵਾਂਗੇ ਅਸੀਂ। ਆਸਫ ਸਾਹਿਬ ਅਤੇ ਸ਼ਫਕਤ ਖਾਨ, ਇਹ ਸਾਡੀ ਅਯਾਸ਼ੀ ਛੋਟੀ ਜਿਹੀ। ਪਿੰਡ ਮਾਹੌਲ, ਪੂਰਾ ਪਿੰਡ ਮਾਹੌਲ ਜੀ,
ਹਵਾ ਚੱਲ ਪਈ ਜੀ, ਹਵਾ ਚੱਲ ਪਈ, ਹਵਾ ਤੇਜ਼ ਬੱਦਲ ਦੇਖੋ ਜੀ।